ਭਾਵੇਂ ਕਿ ਪੰਜਾਬ ਦੇ ਵਿੱਚ 1 ਅਪ੍ਰੈਲ ਤੋਂ ਸਰਕਾਰੀ ਤੌਰ ਤੇ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ, ਪਰੰਤੂ ਗੱਲ ਕੀਤੀ ਜਾਵੇ ਤਾਂ ਮੰਡੀਆਂ ਦੇ ਵਿੱਚ ਹਾਲੇ ਤੱਕ ਕਣਕ ਦੀ ਆਮਦ ਸ਼ੁਰੂ ਨਹੀਂ ਹੋਈ। ਸੋ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਰੂਪਨਗਰ ਮੰਡੀ ਦੀਆਂ ਕਿ ਕਿਸ ਤਰ੍ਹਾਂ ਜਿਹੜੀ ਹੈਗੀ ਸਾਰੀ ਅਨਾਜ ਮੰਡੀ ਬਿਲਕੁਲ ਖਾਲੀ ਪਈ ਹੈ, ਕਿਉਂਕਿ ਹਾਲੇ ਜਿਹੜੀ ਹੈਗੀ ਕਣਕ ਦੇ ਵਿੱਚ ਨਵੀਂ ਹੈ ਤੇ ਕਣਕ ਵੱਢਣ ਦਾ ਜਿਹੜਾ ਹੈਗਾ ਜਿਹੜਾ ਸਮਾਂ ਹੋਣਾ ਚਾਹੀਦਾ ਉਹ ਨਹੀਂ ਆਇਆ, ਕਿਉਂਕਿ ਇਸ ਵਾਰੀ ਥੋੜੀਆਂ ਸਰਦੀਆਂ ਜਿਹੜੀਆਂ ਕਿ ਜ਼ਿਆਦਾ ਲੰਮੀਆਂ ਚੱਲੀਆਂ ਤੇ ਜੋ ਧੁੱਪ ਮਿਲਣੀ ਚਾਹੀਦੀ ਸੀ ਕਣਕ ਨੂੰ ਉਹ ਨਹੀਂ ਮਿਲੀ, ਇਸ ਕਰਕੇ ਕਣਕ ਦੇ ਹਲੇ ਕਟਾਈ ਜਿਹੜੀ ਹੈਗੀ ਆ ਲੇਟ ਸ਼ੁਰੂ ਹੋਵੇਗੀ। ਸੋ ਗੱਲਬਾਤ ਕਰ ਲੈਂਦੇ ਇੱਥੇ ਪ੍ਰਬੰਧਾਂ ਨੂੰ ਲੈ ਕੇ, ਮੰਡੀ ਬੋਰਡ ਦੇ ਮੁਲਾਜ਼ਮ ਵੀ ਖੜੇ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਆ? ਜਸਵਿੰਦਰ ਸਿੰਘ, ਅਕਸਰ ਕਾਡਰ ਮਾਰਕੀਟ ਕਮੇਟੀ ਰੂਪਨਗਰ ਜੀ। ਹਾਂਜੀ ਸਰ, ਕੀ ਪ੍ਰਬੰਧ ਕੀਤੇ ਗਏ ਆ? ਆਮ ਤੌਰ 'ਤੇ ਜਿਹੜੀ 1 ਤਰੀਕ ਤੋਂ ਜਿਹੜੀ ਹੈਗੀ ਆ ਸ਼ੁਰੂ ਹੋ ਚੁੱਕੀ ਹੈ ਖਰੀਦ, ਕੀ ਕਾਰਨ, ਕੀ ਲੇਟ ਕੀ ਹੋ ਰਹੀ ਹੈ ਜੀ? ਸਰ ਜੀ, ਆਪਣਾ ਸਾਡੀ ਨਾ ਪਿਛਲੇ ਸਾਲ 21 ਵਿੱਚ 11/4 ਤੋਂ ਸ਼ੁਰੂ ਹੋਇਆ ਤਾ ਜੀ ਸਾਡਾ ਸੀਜ਼ਨ, ਅਤੇ ਇਸ ਕੀ ਧੁੱਪਾਂ ਦੀ ਧੁੱਪ ਦੀ ਵਜ੍ਹਾ ਨਾਲ ਜੀ ਹਾਲੇ ਸਾਡਾ ਕਣਕ ਨਰਮ ਆ ਜੀ, ਅਗਲੇ ਹਫ਼ਤੇ ਆਉਣ ਦੀ ਸੰਭਾਵਨਾ ਜੀ ਸਾਡੇ ਕਣਕ ਦੀ। ਸਾਡਾ ਬਾਕੀ ਸਫਾਈ, ਛਾਂ, ਪਾਣੀ ਇਹ ਸਾਡੇ ਪ੍ਰਬੰਧ ਆ ਜੀ, ਪੂਰੇ ਜਿਹੜੇ ਸਾਡੇ ਅਧਿਕਾਰੀਆਂ ਨੇ ਦਿੱਤੇ ਹੋਏ ਨਾ ਸਾਨੂੰ ਨਿੰਦਾ ਨਿਰਦੇਸ਼ ਦਿੱਤੇ ਹੋਏ ਜੀ। ਸਫਾਈ ਦੇਖ ਲਓ ਜੀ, ਸਾਰੇ ਪਾਸੇ 4 ਚੁਫੇਰੇ ਸਫਾਈ ਹੋਈ ਹੋਈ ਹੈ ਜੀ। ਅਤੇ ਇਸ ਵਾਰੀ ਜੇ ਫਾਰਮ ਦੀ ਗੱਲ ਕੀਤੀ ਜਾਵੇ ਤਾਂ ਕਿਹਾ ਜਾ ਸਕੇ ਕਿ ਈ ਜਿਹੜੇ ਜੇ ਫਾਰਮ ਜਾਰੀ ਕੀਤੇ ਜਾਣਗੇ ਉਹ ਪ੍ਰੋਸੈਸ ਕਿਸ ਤਰ੍ਹਾਂ ਹੈ? ਉਹ ਤਾਂ ਸਾਨੂੰ ਹਾਲੇ ਸਾਈਟ ਸਾਹਿਬ ਦੱਸੂਗੇ, ਤੁਹਾਨੂੰ ਜੀ ਇਹ ਬਾਰੇ ਇੰਨਾ ਨੌਲੇਜ ਨਹੀਂ। ਬਿਲਕੁਲ, ਇੱਥੇ ਆੜਤੀ ਖੜੇ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਆ? ਮੇਰਾ ਨਾਮ ਸੁਖਵੀਰ ਸਿੰਘ ਸੁੱਖਾ ਜੀ। ਆੜਤੀਆਂ ਵੱਲੋਂ ਕੀ ਕੁਝ ਪ੍ਰਬੰਧ ਕੀਤੇ ਗਏ ਨੇ? 1 ਤਰੀਕ ਨੂੰ ਉਮੀਦ ਸੀ ਕਿ ਜਿਹੜੀ ਹੈਗੀ ਆ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਸਰਕਾਰੀ ਤੌਰ 'ਤੇ, ਕੀ ਲੱਗਦਾ ਪ੍ਰਬੰਧ ਕਿੱਦਾਂ ਦੇ ਆ? ਕਣਕ ਜਿਹੜੀ ਹੈਗੀ ਕੀ ਲੱਗਦਾ ਕਦੋਂ ਸ਼ੁਰੂ ਹੋਊਗੀ ਇੱਥੇ ਆਉਣੀ? ਦੇਖੋ ਜੀ, ਸਾਡੇ ਲਗਭਗ ਨਾ ਇੱਥੇ 6-7 ਤਰੀਕ 'ਤੇ ਕਣਕ ਆਉਂਦੀ ਆ। ਪਿਛਲੇ ਟਾਈਮਾਂ ਦੇ ਵਿੱਚ ਵੀ 1 ਅੱਧੀ ਢੇਰੀ ਕੋਈ ਪਹਿਲਾਂ ਆਜੂਗੀ, ਵੈਸੇ ਸਾਡੇ ਵਿਸਾਖੀ ਦਾ ਹੀ ਕੰਮ ਉਰੇ ਮੰਡੀ ਦੇ ਵਿੱਚ ਚੱਲਦਾ ਹੈ ਜੀ। ਸੀਜ਼ਨਲ ਪ੍ਰਬੰਧਾਂ ਦਾ ਜਿਹੜਾ ਹੈਗਾ ਜੀ, ਸਾਡਾ ਪੱਖੇ ਗਰੀਸ ਆ ਜੀ, ਸਾਡੀਆਂ ਲੇਬਰਾਂ ਆ ਰਹੀਆਂ ਪੁੱਜ ਰਹੀਆਂ ਹੈ, ਅਤੇ ਬਾਕੀ ਜੋ ਗੌਰਮੈਂਟ ਦਾ ਦਿਸ਼ਾ ਨਿਰਦੇਸ਼ ਹੈਗੇ ਆ ਜੀ ਉਹਦੇ ਮੁਤਾਬਕ ਅਸੀਂ ਇੱਥੇ ਮੰਡੀ ਦੇ ਵਿੱਚ ਕੰਮ ਕਰਾਂਗੇ। ਅੱਛਾ, ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਜੋ ਪਿਛਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆਈਆਂ, ਜੋ ਇਸ ਵਾਰੀ ਨਾ ਆਵੇ, ਕਿਹੜੀਆਂ ਸਮੱਸਿਆਵਾਂ ਹੈਗੀਆਂ ਜ਼ਿਆਦਾ, ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਹੋਣੇ ਚਾਹੀਦੇ ਆ? ਦੇਖੋ ਜੀ, ਸਭ ਤੋਂ ਬੜੀ ਗੱਲ ਤਾਂ ਇਹ ਆ ਵੀ ਜਿਹੜੀ ਜ਼ਮੀਨ ਚੜ੍ਹਦੀ ਆ ਨਾ ਕੰਪਿਊਟਰ ਦੇ ਉੱਪਰ ਉਹਦੇ ਵਿੱਚ ਦਿੱਕਤ ਆਉਂਦੀ ਆ। ਕਈ ਵਾਰੀ ਕੋਈ ਹੋਰ ਪਾਸੇ ਫਸਲ ਸੁੱਟ ਦਿੰਦਾ ਏ, ਉਹਨਾਂ ਦੀ ਪੇਮੈਂਟਾਂ ਬਹੁਤ ਲੇਟ ਹੁੰਦੇ ਆ। ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਹੈਗੇ ਹਾਂ ਬਈ ਇਸ ਚੀਜ਼ ਨੂੰ ਜਿਹੜਾ ਹੈਗਾ ਇਹਦੇ ਵਿੱਚ ਸੋਧਾਂ ਕੀਤੀਆਂ ਜਾਣ, ਵੀ ਛੇਤੀ ਤੋਂ ਛੇਤੀ ਜੇ ਕਿਸੇ ਦੀ ਜ਼ਮੀਨ ਟ੍ਰਾਂਸਫਰ ਕਰਨੀ ਹੈਗੀ ਆ ਕਿਸੇ ਹੋਰ ਆੜ੍ਹਤੀ ਕੋਲ ਚਲੇ ਗਿਆ ਤਾਂ ਉਹ ਹੋਣੀ ਚਾਹੀਦੀ ਆ, ਤਾਂ ਕਿ ਉਹਨਾਂ ਦੀ ਪੇਮੈਂਟ ਨਾ ਲੇਟ ਹੋਵੇ। ਪਿਛਲੇ ਸਾਲ ਵੀ ਇਸ ਤਰ੍ਹਾਂ ਹੋਇਆ। ਰਹੀ ਗੱਲ ਜੀ ਜਿਹੜੀ ਲੋਡਿੰਗ ਦੀ ਆ ਜੀ, ਲੋਡਿੰਗ ਤਾਂ ਆੜ੍ਹਤੀਆਂ ਨੇ ਕਰਾਉਣੀ ਹੁੰਦੀ ਆ, ਅਤੇ ਜਿਹੜਾ ਟ੍ਰਾਂਸਪੋਰਟ ਦਾ ਕੰਮ ਹੈਗਾ ਉਹ ਠੇਕੇਦਾਰ ਦਾ ਹੁੰਦਾ ਹੈ। ਇਹ ਠੇਕੇਦਾਰ ਨੂੰ ਨਾ ਗੱਡੀਆਂ ਮਿਲਣ ਕਰਕੇ ਮੰਡੀਆਂ ਦੇ ਵਿੱਚ ਜਿਹੜੇ ਅਵਾਰ ਲੱਗਦੇ ਆ ਉਹਨਾਂ ਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਜੀ। ਅਦਾਇਗੀ ਅਤੇ ਬਾਰਦਾਨੇ ਨੂੰ ਲੈ ਕੇ ਵੀ ਪਿਛਲੇ ਸਾਲ ਜਿਹੜੀ ਹੈਗੀ ਬੜੀ ਸਮੱਸਿਆ ਆਈ ਸੀ, ਇਸ ਵਾਰੀ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ? ਸਰਕਾਰ ਨੂੰ ਤਾਂ ਅਸੀਂ ਇਹੀ ਕਹਿੰਦੇ ਹਾਂ ਜੀ ਵੀ ਜਿਹੜਾ ਬਾਰਦਾਨਾ ਉਹ ਸਾਨੂੰ ਮੰਡੀ ਵਿੱਚ ਮਿਲਣਾ ਚਾਹੀਦਾ ਹੈ, ਕਿਉਂਕਿ ਟੈਂਡਰ ਠੇਕੇਦਾਰ ਦਾ ਹੋਇਆ ਹੁੰਦਾ ਹੈ, ਬਾਰਦਾਨਾ ਆੜ੍ਹਤਿਆਂ ਨੂੰ ਆਪਣੇ ਪੱਲਿਓਂ ਪੈਸੇ ਖਰਚ ਕੇ ਗੱਡੀਆਂ 'ਚ ਮੰਗਾਉਣਾ ਪੈਂਦਾ ਹੈ। ਇਹੀ ਬੇਨਤੀ ਆ ਵੀ ਮੰਡੀ ਦੇ ਵਿੱਚ ਸਾਡੇ ਕੋਲ ਇੱਥੇ ਬਾਰਦਾਨਾ ਪੁੱਜਣਾ ਚਾਹੀਦਾ ਹੈ। ਸੋ ਬਿਲਕੁਲ, ਇਹ ਸਨ ਵੱਖ ਵੱਖ ਜਿਹੜੇ ਹੈਗੇ ਆੜ੍ਹਤੀ ਅਤੇ ਮੰਡੀ ਬੋਰਡ ਦੇ ਮੁਲਾਜ਼ਮ। ਇਹਨਾਂ ਨੇ ਦੱਸਿਆ ਕਿ ਪ੍ਰਬੰਧ ਜਿਹੜੇ ਹੈਗੇ ਲਗਭਗ ਮੁਕੰਮਲ ਹੋ ਚੁੱਕੇ ਨੇ, ਜਿਹੜੀਆਂ ਲੇਬਰਾਂ ਵੀ ਆ ਚੁੱਕੀਆਂ ਨੇ, ਅਤੇ ਅਪੀਲ ਕੀਤੀ ਹੈ ਕਿ ਜਿਸ ਤਰ੍ਹਾਂ ਪਿਛਲੇ ਸਾਲਾਂ ਦੇ ਵਿੱਚ ਬਾਰਦਾਨੇ ਦੀ ਅਦਾਇਗੀ ਅਤੇ ਲਿਫਟਿੰਗ ਦੀ ਸਮੱਸਿਆ ਆਈ ਸੀ, ਅਤੇ ਸਰਕਾਰ ਜਿਹੜੀ ਇਸ ਵੱਲ ਜ਼ਰੂਰ ਧਿਆਨ ਦੇਵੇ ਤਾਂ ਜੋ ਬਾਰਦਾਨੇ ਦੀ ਕੋਈ ਦਿੱਕਤ ਨਾ ਆਵੇ, ਕਿਉਂਕਿ ਜਦੋਂ ਬਾਰਦਾਨੇ ਦੀ ਦਿੱਕਤ ਆਉਂਦੀ ਆ ਤਾਂ ਮੰਡੀ ਦੇ ਵਿੱਚ ਜਿਹੜੀ ਹੈਗੀ ਆ ਢੇਰੀਆਂ ਭਰਨ ਨੂੰ ਜਿਹੜਾ ਪ੍ਰਬੰਧ ਨਹੀਂ ਹੁੰਦਾ ਤਾਂ ਟਰਾਲੀਆਂ ਜਿਹੜੀਆਂ ਹੈਗੀਆਂ ਲਾਈਨਾਂ ਦੇ ਵਿੱਚ ਲੱਗ ਜਾਂਦੀਆਂ ਵੱਡੀਆਂ ਸਿੱਟਣ ਨੂੰ ਜਗ੍ਹਾ ਨਹੀਂ ਮਿਲਦੀ। ਇਸ ਤੋਂ ਬਾਅਦ ਅਦਾਇਗੀ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਅਦਾਇਗੀ ਸਮੇਂ ਸਿਰ ਨਹੀਂ ਹੁੰਦੀ ਤਾਂ ਕਿਸਾਨ ਪਰੇਸ਼ਾਨ ਹੁੰਦੇ, ਆੜ੍ਹਤੀ ਪਰੇਸ਼ਾਨ ਹੁੰਦੇ ਆ, ਧਰਨੇ ਪ੍ਰਦਰਸ਼ਨ ਵੀ ਜਿਹੜੇ ਹੈਗੇ ਪਿਛਲੇ ਸਾਲਾਂ ਦੇ ਵਿੱਚ ਹੋਏ ਆ। ਲਿਫਟਿੰਗ ਦੀ ਜਿਹੜੀ ਹੈਗੀ ਸਭ ਤੋਂ ਵੱਡੀ ਗੱਲ ਇਹਨਾਂ ਨੇ ਕਹੀ ਹੈ ਕਿ ਲਿਫਟਿੰਗ ਅਗਰ ਸਮੇਂ ਸਿਰ ਹੋਵੇ ਤਾਂ ਮੰਡੀਆਂ ਦੇ ਵਿੱਚ ਰਸ਼ ਨਹੀਂ ਹੋਵੇਗਾ, ਕਿਉਂਕਿ ਜਦੋਂ ਮੰਡੀਆਂ ਦੇ ਵਿੱਚ ਲਿਫਟਿੰਗ ਨਹੀਂ ਹੁੰਦੀ, ਬੋਰੀਆਂ ਨਹੀਂ ਚੁੱਕੀਆਂ ਜਾਂਦੀਆਂ ਤਾਂ ਕਣਕ ਸੁੱਟਣ ਦੇ ਲਈ ਜਗ੍ਹਾ ਜਿਹੜੀ ਹੈਗੀ ਆ ਉਹ ਨਹੀਂ ਮਿਲਦੀ, ਅਤੇ ਫਿਰ ਸੜਕਾਂ ਦੇ ਉੱਤੇ ਜਿਹੜੀਆਂ ਟਰਾਲੀਆਂ ਕਣਕ ਦੇ ਨਾਲ ਲੱਦੀਆਂ ਖੜੀਆਂ ਹੁੰਦੀਆਂ, ਰਸ਼ ਵੀ ਹੁੰਦਾ, ਲੋਕ ਆਪਸ ਦੇ ਵਿੱਚ ਲੜਦੇ ਵੀ ਝਗੜਦੇ ਵੀ ਦੇਖੇ ਜਾ ਸਕਦੇ, ਕਿਉਂਕਿ ਢੇਰੀਆਂ ਸੁੱਟਣ ਦੇ ਪਿੱਛੇ। ਸੋ ਇਹ ਸਮੱਸਿਆਵਾਂ ਜਿਹੜੀਆਂ 3 ਪ੍ਰਮੁੱਖ ਜਿਹੜੀਆਂ ਇਹਨਾਂ ਨੇ ਕਿਹਾ ਕਿ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਜੋ ਇਸ ਸਾਲ ਜਿਹੜੀ ਕਣਕ ਦੀ ਖਰੀਦ ਜਿਹੜੀ ਹੈਗੀ ਸੁਚਾਰੂ ਰੂਪ ਨਾਲ ਨੇਪਰੇ ਚੜ੍ਹ ਸਕੇ। ਰੂਪਨਗਰ ਤੋਂ ਸੱਜਣ ਸਿੰਘ ਸੈਣੀ, ਲਿਵਿੰਗ ਇੰਡੀਆ ਨਿਊਜ਼।